ये हैं छोटी काद के बड़े फनकार नाम है इनका नंबरदार इंडस्ट्री में बड़ी बड़ी कादवार के साथ तो इनके बच्चे लगते हैं लेकिन फन की दुनिया का मुनफरिद हवाला है कोठी कार बॉडी दौलत पैसा इन पे आशे है लेकिन हाल शादी से महरूम कैसे जीवन साथी की तलाश है किसी फिल्मी हीरोइन को बनाएंगे लाइफ पार्टनर कहको शरारतों और मस्तियों से भरपूर देखे ये वीडियो नंबरदार साहब तीन फिट आपका कद है आपके चाहने वालों की तादाद लाखों में अगर आप मजीद थोड़े से छोटे होते तो आपके फिर कितने फैन होते देखो ये कड़ा कद छोटा होंगे ना ये इंसान दे अपने वास नहीं आंदा जिन्होंने अल्लाह पाक चाहे इज्जत देवे शायद मेरा कद वड्डा होवे तो मेरी इतनी इज्जत ना हो लेकिन मैनु अपने छोटे कद से फख्र है नंबरदार का लकब फनी दुनिया में आके मिला या पहले से आप नंबरदार मशहूर है नहीं पहले तो मेरा नाम बशीर आई ਤੇ ਇਸ ਫੀਲਡ ਦੇ ਵਿੱਚ ਆ ਕੇ ਮੇਰਾ ਨਾਂ ਨੰਬਰਦਾਰ ਮੇਰੇ ਉਸਤਾਦ ਨੇ ਰੱਖਿਆ। ਆਪ ਕੋ ਇਸ ਫੀਲਡ ਮੇ ਕੌਣ ਲੈ ਕੇ ਆਏ? ਮੇਰੇ ਉਸਤਾਦ ਸ਼ਾਹਦ ਅਫਜ਼ਲ ਭੱਟੀ। 3 ਫੁੱਟ ਕੱਦ ਕੇ ਨੰਬਰਦਾਰ ਆਪ ਦਾ ਸ਼ਾਹਾਨਾ ਲਾਈਫ ਸਟਾਈਲ ਹੈ। ਗੱਡੀ ਵੀ ਖੁਦ ਡਰਾਈਵ ਕਰਦੇ। ਤਾਂ ਆਪ ਕੀ ਟਾਂਗਾਂ ਬ੍ਰੇਕ ਲੱਤ ਤੱਕ ਕਿਵੇਂ ਪਹੁੰਚਦੀ ਹੈ? ਦੇਖੋ ਅਖਰ ਜਿਹੜਾ ਬੰਦਾ ਡਰਾਈਵਿੰਗ ਕਰੇਂਦੇ ਪਹਿਲੇ ਆਪਣੀ ਸੀਟ ਤਾਂ ਮੁਕੰਮਲ ਕਰੇਂਦੇ। ਸਹੀ। ਮਸੇ ਰਾਣਾ ਰੱਖੇ ਨਾ, ਸਿਰਾਂ ਦੇ ਪਿੱਛੋਂ ਗੱਦੇ ਰੱਖੇ ਨਾ ਤੇ ਬਾਅਦ ਡਰਾਈਵਿੰਗ ਕਰੇ ਨਾ। ਵੈਸੇ ਡਰਾਈਵਿੰਗ ਆਪਨੇ ਸਿੱਖੀ ਕਹਾਂਸੇ?

उनकी वजह तो भी बकाया कोई लोग सोचे नहीं नंबरदार सब शायद शौकिया रखे हुए नहीं शौकिया शोकिया नहीं रखे हुए ये मसले वजह तो अपनी हिफाजत वास्ते रखे हुए नंबरदार अब तक आप कितने फनी क्लिप्स बना चुके हैं एक हज़ार है तो ज़्यादा और आपका सबसे पसंदीदा जो आपको लगता हो कि ये मैंने ज़बरदस्त किया है ਨਹੀਂ ਕੋਈ ਵੀ ਨਹੀਂ ਮੈਂ ਹਕ ਤੋਂ ਹਕ ਹਕ ਤੋਂ ਹਕ ਤੇ ਅੱਛੀ ਪਰਫਾਰਮੈਂਸ ਕੀਤੀ ਹੈ ਕੋਈ ਉਹ ਜੇ ਮੈਨੂੰ ਯਾਦ ਹੀ ਕੋਈ ਨਹੀਂ ਭਜੀ ਤੇ ਮੈਂ ਅੱਛੀ ਪਰਫਾਰਮੈਂਸ ਕੀਤੀ ਸਾਰੇ ਮੈਂ ਇਹ ਕਲਿੱਪ ਬਣਾ ਕੇ ਪਰਫਾਰਮੈਂਸ ਕਰਨਾ ਕਿਆ ਪਤਾ ਮੇਰਾ ਇਹ ਆਖਰੀ ਕਲਿੱਪ ਹੋਵੇ ਨਹੀਂ ਜੋ ਆਪਕੋ ਥੋੜਾ ਸਾ ਪਸੰਦ ਹੋ ਜੋ ਪਹਿਲੇ ਹੀ ਆਪਕਾ ਹਿੱਟ ਹੋ ਗਿਆ ਹਿੱਟ ਸਾਰੇ ਇਹ ਸਾਰੇ ਕਲਿੱਪ ਹਿੱਟ ਸਨ ਕੋਈ ਇਹ ਨਹੀਂ ਯਾਦਾ ਬਈ ਇਹ ਕਲਿੱਪ ਅੱਛਾ ਨਹੀਂ ਤੇ ਇਹ ਅੱਛਾ ਨਹੀਂ ਕਲਿੱਪ ਸਾਰੇ ਮੇਰੇ ਹਿੱਟ ਹਨ ਜੀ ਨੰਬਰਦਾਰ ਸਾਹਿਬ ਕੋ ਕਦੇ ਕਿਸੇ ਸੇ ਪਿਆਰ ਹੋਇਆ ਹੈ ਨਹੀਂ ਸਿਰਫ ਆਪਣੀ ਅੰਮੀ ابو ਨਾਲ اچھا ਜੀ ਹਿਲੁਠਾ ਮੈਂ ਆਪਕੋ ਨਹੀਂ ਕਹੂੰਗਾ ਨੰਬਰਦਾਰ ਸਭ ਇਹ ਬਤائیں ਆਪਣੇ ਸ਼ਾਦੀ ਕੇ ਬਾਰੇ ਮੈਂ ਕੀ ਸੋਚਦਾ ਹੈ ਇਨਸ਼ਾਅੱਲਾ ਕਿ ਮੇਰੀ ਫੈਮਿਲੀ ਦਾ ਹੋਣ ਇਰਾਦਾ ਹੈ ਕਿ ਤੇਰੀ ਸ਼ਾਦੀ ਕਰੇਨਾ ਇਨਸ਼ਾਅੱਲਾ ਗੱਲ ਬਾਤ ਜਲਦੀ ਪਈਏ ਕਿ ਅਨਕਰੀਬ ਇਨਸ਼ਾਅੱਲਾ ਸ਼ਾਦੀ ਹੋਸੀ ਤੂੰ ਸਾਰੇ ਬਿਰਾ ਇਨਵਾਈਟ ਵੀ ਹੋਸੋ

ਅੱਛਾ ਫੈਸਲਾ ਹੀ ਕਰਕੇ ਨਾ ਚਾਚੂ ਵਗੈਰਾ ਕਰੇ ਸੀ ਨਾ ਮੇਰੇ ਵਾਸਤੇ ਅੱਛਾ ਹੀ ਹੋ ਜੀ ਨਾ ਬਿਹਤਰ ਹੋ ਜੀ ਉਹ ਜਿੱਥੇ ਕਰੇ ਸੀ ਮੇਰੇ ਵਾਸਤੇ ਆਮੀਨ ਫਰਜ਼ ਕਰੇ ਨੰਬਰਦਾਰ ਸਾਹਿਬ ਕੀ ਸ਼ਾਦੀ ਹੋ ਜਾਂਦੀ ਹੈ ਤਾਂ ਆਪ ਆਪਣੀ ਬੇਗਮ ਕੋ ਕਹਾਂ ਘੁਮਾਣ ਲੈ ਜਾਏਗੇ ਸਾਰੀ ਫੈਮਿਲੀ ਸਵਾਨੀਆਂ ਘੁਮੇ ਦੇ ਕਹ ਨਹੀਂ ਉਹਨਾਂ ਨੂੰ ਘਾਰੇ ਰੱਖੇ ਨੇ ਸਵਾਨੀਆਂ ਉਹ ਖਾਵੰਦ ਕੋ ਘੁਮਾਤੀ ਹੈ ਉਹ ਘਾਰੇ ਚਰਾਨੀਆਂ ਘਾਰੇ ਜਿਹੜਾ ਟ੍ਰੀਟਮੈਂਟ ਹੋ ਸੀ ਦਾਵਤ ਹੋ ਸੀ ਮਤਲਬ ਉਹ ਘਾਰੇ ਚ ਪਕਸੀ ਪੂਰੀ ਫੈਮਿਲੀ ਇਕੱਠੀ ਸੀ ਘਰ ਦੇ ਵਿੱਚ

ਇਹ ਕਿ ਮੇਰੇ ਮਤਲਬ ਚਾਚੂ ਵਗੈਰਾ ਜੇ ਮੇਰੀ ਫੈਮਲੀ ਨੂੰ ਜ਼ਿਆਦਾ ਅੱਛਾ ਨਹੀਂ ਸਮਝਦੇ ਲੇਕਿਨ ਇੱਕ ਮੇਰਾ ਸ਼ੌਕ ਹੈ ਤੇ ਉਹਦੇ ਵਜ੍ਹਾ ਤੋਂ ਮੇਰੀ ਫੈਮਲੀ ਮਜਬੂਰ ਹੈ ਭਾਈ ਮੈਂ ਉਹਨਾਂ ਕੋ ਜਾ ਆਦੀ ਨਹੀਂ ਲੇਕਿਨ ਮੈਂ ਕਮਾਉਣ ਵਾਸਤੇ ਨਹੀਂ ਆਇਆ ਇਹ ਮੈਂ ਲੋਕਾਂ ਦੇ ਮੁਸਕਰਾਟ ਚਿਹਰੇ ਤੇ ਜਿਹੜੇ ਉਹ ਪਰੇਸ਼ਾਨ ਉਹਨਾਂ ਨੂੰ ਉਹਨਾਂ ਨੂੰ ਖਿਲਾਉਣ ਵਾਸਤੇ ਇੱਕ ਕੰਮ ਵਿੱਚ ਆਇਆ ਵਧਾ ਇਨਸ਼ਾਅੱਲਾ ਜੇ ਤੋੜੀਏ ਲੋਕ ਮੈਨੂੰ ਪਿਆਰ ਮੁਹੱਬਤ ਦੇਸਨ ਮੈਂ ਕਰੈਸਾਂ ਅਗਰ ਨਾ ਦੇਸਨ ਤੇ ਵਾਲੂ ਜ਼ਿੰਮੇਵਾਰੀ ਕਰੈਸਾਂ ਆਪਣਾ ਨੰਬਰਦਾਰ ਸਾਹਿਬ ਆਪ ਇੱਕ ਕਿਸ਼ਤੀ ਵਿੱਚ ਸਫ਼ਰ ਕਰ ਰਹੇ ਹਾਂ तीन बंदे हैं आप एक को उतारना लाजमी है अगर उसमें से एक ना उतरा तो किश्ती डूब भी सकती है उसमें से आप मुखो जट्टी को उतारेंगे या मैडम नूरी को डुहा चुका है कोई नहीं नहीं एक को उतारना वरना तीनों डूब जाएंगे आप अच्छा। हाँ। मैं आप तल सकता